ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਇਸ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਸਾਇੰਟਿਸਟ ਹੋਏ ਹਨ ਜਿਨ੍ਹਾਂ ਨੇ ਦੁਨੀਆ ਤੋਂ ਕੁਝ ਵੱਖਰਾ ਕਰਨ ਦੇ ਬਾਰੇ ਵਿੱਚ ਸੋਚਿਆ ਹੈ ਅਤੇ ਉੱਥੇ ਹੀ ਉਹਨਾਂ ਨੇ ਕੁਦਰਤ ਵੀ ਬਦਲ ਕੇ ਰੱਖ ਦਿੱਤੀ ਸੀ ਅਤੇ ਆਪਣੇ ਅਨੋਖੇ ਕੰਮਾਂ ਦੇ ਨਾਲ ਉਹਨਾਂ ਨੇ ਪੂਰੀ ਦੁਨੀਆ ਨੂੰ ਚੱਕਰਾਂ ਵਿੱਚ ਪਾ ਦਿੱਤਾ ਬਿਲਕੁਲ ਉਹਨਾਂ ਦੀ ਤਰ੍ਹਾਂ ਹੀ ਇੱਕ ਹੋਰ ਸਾਇੰਟਿਸਟ ਜਿਸ ਨੇ ਕੁਦਰਤ ਦੇ ਸਭ ਤੋਂ ਵੱਡੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੱਦ ਤੱਕ ਉਹ ਇਸ ਸਭ ਵਿੱਚ ਕਾਮਯਾਬ ਵੀ ਹੋ ਗਿਆ ਦਰਅਸਲ ਉਸ ਵਿਅਕਤੀ ਨੂੰ ਸ਼ੁਰੂ ਤੋਂ ਹੀ ਦੁਨੀਆ ਤੋਂ ਅਨੋਖੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ ਅਤੇ ਅਕਸਰ ਹੀ ਉਹ ਅਜਿਹੇ ਕੰਮ ਕਰਦਾ ਹੀ ਰਹਿੰਦਾ ਸੀ ਜਿਸ ਦੇ ਬਾਰੇ ਵਿੱਚ ਆਮ ਇਨਸਾਨ ਸੋਚ ਤੱਕ ਨਹੀਂ ਸਕਦਾ ਇਸੇ ਤਰ੍ਹਾਂ ਹੀ ਉਸਨੇ ਇੱਕ ਵਾਰ ਸੋਚਿਆ ਕਿ ਕਿਉਂ ਨਾ ਉਹ ਮ੍ਰਿਤਕ ਇਨਸਾਨਾਂ ਉੱਤੇ ਆਪਣਾ ਐਕਸਪੀਰੀਮੈਂਟ ਕਰੇ ਉਸ ਸਾਇੰਟਿਸਟ ਦੇ ਦਿਮਾਗ ਵਿੱਚ ਅਜਿਹੀ ਚੀਜ਼ ਆਈ ਜਿਸ ਦੇ ਬਾਰੇ ਵਿੱਚ ਕੋਈ ਵੀ ਸੋਚ ਤੱਕ ਨਹੀਂ ਸਕਦਾ ਉਸਨੇ ਮਰੇ ਹੋਏ ਇਨਸਾਨਾਂ ਨੂੰ ਫਿਰ ਤੋਂ ਜ਼ਿੰਦਾ ਕਰਨ ਦੇ ਐਕਸਪੀਰੀਮੈਂਟ ਬਾਰੇ ਸੋਚਿਆ ਉਸਨੇ ਸੋਚਿਆ ਕਿ ਜੇਕਰ ਕਿਸੇ ਮ੍ਰਿਤਕ ਬੋਡੀ ਦੇ ਵਿੱਚ ਖੂਨ ਦਾ ਪ੍ਰਭਾਵ ਕਿਸੇ ਤਰ੍ਹਾਂ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਸ ਮ੍ਰਿਤਕ ਸਰੀਰ ਤੋਂ ਮੁੜ ਤੋਂ ਜ਼ਿੰਦਾ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਵਿਅਕਤੀ ਦੇ ਮਰਨ ਤੋਂ ਬਾਅਦ ਖੂਨ ਦਾ ਪ੍ਰਭਾਵ ਰੁਕ ਜਾਂਦਾ ਹੈ ਪਤਾ ਨਹੀਂ ਉਸ ਸਾਇੰਟਿਸਟ ਨੂੰ ਇੰਨਾ ਯਕੀਨ ਕਿਵੇਂ ਸੀ ਕਿ ਜੇਕਰ ਅਜਿਹਾ ਕੀਤਾ ਜਾਵੇਗਾ ਤਾਂ ਇੱਕ ਮਰਿਆ ਹੋਇਆ ਇਨਸਾਨ ਫਿਰ ਤੋਂ ਜ਼ਿੰਦਾ ਹੋ ਜਾਵੇਗਾ ਉਸਨੇ ਇਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਆਪਣੇ ਐਕਸਪੈਰੀਮੈਂਟ ਦੇ ਲਈ ਕੁਝ ਮਰੇ ਹੋਏ ਮਰੀਜ਼ਾਂ ਨੂੰ ਚੁਣਿਆ ਅਤੇ ਉਹਨਾਂ ਦੇ ਸਰੀਰ ਵਿੱਚ ਇੱਕ ਐਡਰਨਿਲ ਨਾਮ ਦੇ ਕੈਮੀਕਲ ਦਾ ਇੰਜੈਕਸ਼ਨ ਦਿੱਤਾ ਜਿਸ ਦੇ ਨਾਲ ਖੂਨ ਪਤਲਾ ਹੋ ਸਕੇ ਅਤੇ ਉਸ ਮ੍ਰਿਤਿਕ ਬਾਡੀ ਦੇ ਵਿੱਚ ਖੂਨ ਦਾ ਤੇਜ਼ ਵਹਾਅ ਲਿਆਂਦਾ ਜਾ ਸਕੇ ਅਤੇ ਇਸ ਤੋਂ ਬਾਅਦ ਉਹ ਮਰੇ ਹੋਏ ਸਰੀਰ ਨੂੰ ਸੀਜ਼ੋ ਦੀ ਤਰ੍ਹਾਂ ਦਿਖਣ ਵਾਲੇ ਇੱਕ ਵੱਡੇ ਬੈੱਡ ਦੇ ਉੱਤੇ ਟਾ ਆਦੰਦਾਸੀ ਅਤੇ ਜੋਰ-ਜੋਰ ਦੇ ਨਾਲ ਉਸ ਨੂੰ ਉੱਤੇ-ਥੱਲੇ ਕਰਕੇ ਹਿਲਾਉਂਦਾ ਸੀ ਜਿਸ ਦੇ ਨਾਲ ਖੂਨ ਦਾ ਪ੍ਰਵਾਹ ਫਿਰ ਤੋਂ ਸ਼ੁਰੂ ਹੋ ਸਕੇ ਪਰ ਇਸ ਕੋਸ਼ਿਸ਼ ਦੇ ਵਿੱਚ ਕੋਈ ਵੀ ਮ੍ਰਿਤਕ ਸਰੀਰ ਜ਼ਿੰਦਾ ਨਾ ਹੋ ਸਕਿਆ ਅਤੇ ਇਸ ਤੋਂ ਬਾਅਦ ਵੀ ਉਸ ਨੇ ਹਾਰ ਨਾ ਮੰਨੀ ਅਤੇ ਇਸ ਪ੍ਰਯੋਗ ਨੂੰ ਕੁੱਤਿਆਂ ਦੇ ਉੱਤੇ ਅਜਮਾਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਯੋਗ ਦੇ ਲਈ ਲਿਆਂਦੇ ਗਏ ਪੰਜ ਕੁੱਤਿਆਂ ਦੇ ਵਿੱਚੋਂ ਦੋ ਕੁੱਤੇ ਜ਼ਿੰਦਾ ਹੋ ਗਏ ਪਰ ਤਿੰਨ ਕੁੱਤੇ ਜ਼ਿੰਦਾ ਨਾ ਹੋ ਸਕੇ ਇਸ ਪ੍ਰਯੋਗ ਤੋਂ ਮਿਲੀ ਕਾਮਯਾਬੀ ਤੋਂ ਬਾਅਦ ਉਹ ਇਸ ਕੰਮ ਵਿੱਚ ਹੋਰ ਜ਼ਿਆਦਾ ਨਾਮ ਕਮਾਉਣਾ ਚਾਹੁੰਦਾ ਸੀ ਪਰ ਯੂਐਸਏ ਦੀ ਸਰਕਾਰ ਨੇ ਅਜਿਹੇ ਕੰਮਾਂ ਉੱਤੇ ਰੋਕ ਲਗਾ ਦਿੱਤੀ ਪਰ ਉਸ ਇਨਸਾਨ ਦੇ ਕੀਤੇ ਗਏ ਇਸ ਦੁਨੀਆ ਤੋਂ ਵੱਖਰੇ ਅਤੇ ਕੁਦਰਤ ਦੇ ਕਾਨੂੰਨ ਦੇ ਖਿਲਾਫ ਕੰਮ ਦੇ ਕਰਕੇ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਪਰ ਕੁਦਰਤ ਦੇ ਖਿਲਾਫ ਕੀਤੇ ਗਏ ਕੰਮਾਂ ਦਾ ਨਤੀਜਾ ਹਮੇਸ਼ਾ ਹੀ ਗਲਤ ਹੁੰਦਾ ਹੈ ਇਸ ਲਈ ਅਜਿਹੇ ਕੰਮਾਂ ਨੂੰ ਕਰਨ ਤੋਂ ਪਹਿਲਾਂ ਇਨਸਾਨ ਨੂੰ 100 ਵਾਰ ਸੋਚਣਾ ਚਾਹੀਦਾ ਹੈ ਤਾਂ ਜੋ ਅਜਿਹੇ ਕੰਮਾਂ ਦੇ ਕਰਕੇ ਕੁਦਰਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚ ਸਕੇ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ